ਜੰਡਿਆਲਾ ਗੁਰੂ ਦੀ ਅਨਾਜ ਮੰਡੀ ਵਿੱਚ ਕਿਸਾਨਾਂ ਦੇ ਝੋਨੇ ਦੀ ਖਰੀਦ ਨਾ ਹੋਣ ਕਾਰਨ ਕਿਸਾਨਾਂ ਨੇ ਮਾਰਕੀਟ ਕਮੇਟੀ ਗਹਿਰੀ ਮੰਡੀ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ। ਇਸ ਧਰਨੇ ਦੀ ਅਗਵਾਈ ਲਖਬੀਰ ਸਿੰਘ ਨਿਜ਼ਾਮਪੁਰਾ ਦੁਆਰਾ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਇੱਥੇ ਕਿਸਾਨਾਂ ਦਾ ਝੋਨਾ ਖਰੀਦਣ ਲਈ ਕੋਈ ਸਰਕਾਰੀ ਜਾਂ ਗੈਰ ਸਰਕਾਰੀ ਏਜੰਸੀ ਵਾਲਾ ਨਹੀਂ ਪਹੁੰਚ। ਇਸ ਮੌਕੇ ਮਾਮਲੇ ਨੂੰ ਵਧਦਾ ਵੇਖ ਡੀਸੀ ਅੰਮ੍ਰਿਤਸਰ ਕਮਲਦੀਪ ਸਿੰਘ ਸਾਂਗਾ, ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ, SDM ਰਜੇਸ਼ ਕੁਮਾਰ ਸ਼ਰਮਾ ਅਤੇ ਹੋਰ ਕਈ ਅਧਿਕਾਰੀ ਪਹੁੰਚੇ। ਉਹਨਾਂ ਵਿਸ਼ਵਾਸ ਦਿਵਾਇਆ ਕਿ ਕੱਲ੍ਹ ਤੱਕ ਇਸ ਮਾਮਲੇ ਨੂੰ ਸੁਲਝਾਇਆ ਜਾਵੇਗਾ। ਜਿੰਨਾ ਇਹ ਮਿਲ ਗਿਆ ਇਹਨਾਂ ਨੂੰ ਕੋਈ ਵੋਟਾਂ ਨਹੀਂ ਮੰਗਣ ਆਏ। ਜੋ ਹਾਲਤ ਕਿਸਾਨਾਂ ਦੀ ਬੁਰੀ ਹੋ ਗਈ ਆ ਇਹ ਸਰਕਾਰੀ ਤੰਤਰ ਦਾ ਕਰਕੇ ਹੋ ਗਈ ਆ। ਇਹ ਸੋਚਿਆ ਜਾਵੇ ਆਪੋ ਆਪਣੇ ਅਫਸਰ ਸੋਚਣ ਕਿ 20-25 ਰੁਪਈਆ ਲੀਟਰ ਦੁੱਧ ਮੰਡਾਂ ਵਿੱਚ ਤੇ 20-25 ਰੁਪਈਆ ਲੀਟਰ ਪੁੱਜਣਾ ਵਾ ਪਾਣੀ। ਵੇਖੋ ਤੁਸੀਂ ਪਾਣੀ ਧਰਤੀ ਫ੍ਰੀ ਨਿਕਲਦਾ ਤੇ ਦੁੱਧ ਪੈਦਾ ਕਰਨ ਵਾਸਤੇ ਪਹਿਲੋਂ 1 ਲੱਖ ਰੁਪਈਆ ਦੀ ਵੱਧ ਚਾਹੀਦੀ ਆ, ਪੱਠੇ ਚਾਹੀਦੇ, ਥਾਂ ਚਾਹੀਦਾ, ਕਿੰਨਾ ਕੁਝ ਚਾਹੀਦਾ। ਇਸ ਕਰਕੇ ਸਾਡੀ ਲੁੱਟ ਨੂੰ ਇਹ ਸਰਕਾਰ ਕੋਈ ਰਿਆਇਤ ਬੰਦ ਕੀਤਾ ਨਾ, ਕੋਈ ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ, ਜਿਹੜਾ ਸਿਰਫ ਜੈ ਜਵਾਨ ਹੀ ਰਹਿ ਗਈ, ਕਿਸਾਨ ਦਾ ਕੋਈ ਦਾਇਰਾ ਨਹੀਂ। ਇੱਥੇ ਬੈਠਿਆ ਕਿਸੇ ਕਿਸਮ ਦਾ ਕੋਈ ਵੀ ਜਿਹੜਾ ਨਫਾ ਨੁਕਸਾਨ ਤੁਹਾਡੇ ਦੇ ਪਾਸੇ ਨਹੀਂ ਹੋਣ ਦੇਣਾ। ਮੈਂ ਡੀ ਸਾਹਿਬ ਆਇਆ, ਡੀ ਸਾਹਿਬ ਨੂੰ ਬੇਨਤੀ ਕਰਕੇ ਆਓ, ਡੀ ਸਾਹਿਬ ਇਹਨਾਂ ਦੇ ਮੂੰਹੋਂ ਸੁਣੋ ਸਾਰੀ ਗੱਲ ਔਰ ਥੋੜ੍ਹਾ ਜਿਹਾ ਸ਼ਾਂਤੀ ਦੇ ਨਾਲ ਪਹਿਲਾਂ ਸੁਣ ਲਓ ਅਤੇ ਫਿਰ ਉਸ ਤੋਂ ਬਾਅਦ ਬਾਕੀ ਗੱਲ ਜੇ ਕਿਤੇ ਪ੍ਰਸ਼ਨ ਹੋਇਆ ਮਨ 'ਚ ਫਿਰ ਕਰਾਂਗਾ। ਤੁਹਾਡੀ ਜਿਹੜੀ ਨਾ ਇਹ ਜਿਹੜੀ ਮੇਨ ਮੁਸ਼ਕਲ ਹੈ ਸਮਝ ਲਈ ਸੀ, ਸਾਰੀ ਪੁੱਛ ਪੜਤਾਲ ਵੀ ਕਰ ਲਈ ਹੈ, ਚੰਡੀਗੜ੍ਹ ਵੀ ਗੱਲ ਕਰ ਲਈ ਹੈ, ਜਿਹੜੇ ਅਧਿਕਾਰੀਆਂ ਨਾਲ ਕਰਨ ਦੀ ਜ਼ਰੂਰਤ ਸੀ ਉਹਨਾਂ ਨਾਲ ਵੀ ਕਰ ਲਈ, ਜਿਹਨਾਂ ਨਾਲ ਜ਼ਰੂਰਤ ਨਹੀਂ ਵੀ ਸੀ ਉਹਨਾਂ ਨਾਲ ਵੀ ਕਰ ਲਈ। ਤੁਹਾਡੇ ਜਿਹੜੇ ਨੁਮਾਇੰਦੇ ਅੰਦਰ ਬੁਲਾਏ ਸੀਗੇ ਉਹਨਾਂ ਨਾਲ ਡਿਟੇਲ 'ਚ ਡਿਸਕਸ਼ਨ ਵੀ ਹੋ ਗਈ ਹੈ। ਤੁਹਾਡੀ ਜਿਹੜੀ ਇਹ ਮੁਸ਼ਕਲ ਹੈ ਖਾਸ ਕਰਕੇ ਜਿਹੜੇ ਹਾਈਬ੍ਰਿਡ ਵਾਲੀ, ਇਹਦਾ ਅਸੀਂ ਹੱਲ ਕੱਢ ਲਿਆ, ਇਹਦਾ ਹੱਲ ਕੱਢ ਲਿਆ। ਇਹਦਾ ਥੋੜ੍ਹੇ ਜਿਹੇ ਕਾਹਲੇ ਨਾ ਪਿਓ ਤੁਸੀਂ, ਸਵੇਰੇ ਤਾਈਂ ਤੁਹਾਡਾ ਇੱਕ ਕਹਿ ਲਓ ਵੀ ਬੈਨੀਫਿਟ ਕਰਨ ਦਾ ਜਿਹੜਾ ਕੋਈ ਤਰੀਕਾ ਤੌਰ ਤਰੀਕਾ ਉਹ ਅਸੀਂ ਅਪਣਾਇਆ। ਤੁਹਾਡੇ ਜਿਹੜੇ ਨੁਮਾਇੰਦੇ ਆ ਉਹ ਤੁਹਾਨੂੰ ਦੱਸ ਵੀ ਦੇਣਗੇ ਡਿਟੇਲ ਵਿੱਚ, ਜੇ ਕਿਸੇ ਨੇ ਵਿਸ਼ਵਾਸ ਨਾ ਆਇਆ ਤਾਂ ਭਾਵੇਂ ਮੇਰੇ ਨਾਲ ਜਦੋਂ ਮਰਜ਼ੀ ਗੱਲ ਕਰ ਲਿਓ। ਜਿਹੜੀ ਇੱਕ ਇਹ ਗੱਲ ਦਾ ਜ਼ਰੂਰ ਖਿਆਲ ਰੱਖਿਓ ਵੀ ਜਿਹੜੀ ਫਰਦਰ ਹੋਰ ਜਿਹੜੀ ਮੰਗਾਉਣੀ ਹੈ ਨਾ ਜਿਹੜੀ ਜੈਂਟਸ, ਬਹੁਤ ਜ਼ਿਆਦਾ ਗਿੱਲੀ ਨਾ ਲੈ ਕੇ ਆਇਓ, ਉਹਦੇ ਨਾਲ ਪ੍ਰੋਬਲਮ ਆਉਂਦੀ ਹੈ। ਇੱਥੇ ਸੁਕਾਉਣ ਵਾਸਤੇ ਪੱਖਾ ਲਾਉਣ ਲਈ ਜਗ੍ਹਾ ਵੀ ਨਹੀਂ ਬਚਦੀ। ਬਾਕੀ ਜਿਹੜਾ ਤੁਹਾਡਾ ਜਿਹੜੀਆਂ ਏਜੰਸੀਆਂ ਵੱਲੋਂ ਅਪਰੂਵਡ ਵਰਾਇਟੀਆਂ ਜਿਹੜੀਆਂ PR ਵਾਲੀਆਂ ਜਿਹੜੀਆਂ ਫਰਮਲ ਦੀਆਂ, ਉਹ ਸਾਰੇ ਦੀ 100% ਖਰੀਦ ਹੋਊਗੀ। ਡਿਸਟ੍ਰੈਸ ਸੇਲ ਅਸੀਂ ਨਹੀਂ ਹੋਣ ਦੇਣੀ। ਜਿਹੜਾ ਅਪਰੂਵਡ ਰੇਟ ਹੈਗਾ MSP ਹੈ ਉਹਦੇ 'ਤੇ ਚੀਜ਼ ਖਰੀਦਣੀ ਹੈ। ਇਸ ਕਰਕੇ ਜਿਹੜੀ ਵਰਾਇਟੀ ਦੇ ਵਿੱਚ ਜਿੱਥੇ ਕਿਤੇ ਬਹੁਤ ਜ਼ਿਆਦਾ ਖਰਾਬਾ ਹੋਊਗਾ ਉਹ ਇਹਨਾਂ ਨੂੰ ਸਮਝਾ ਦਿੱਤਾ ਵੀ ਉਹਦਾ ਸਰਕਾਰ ਵੱਲੋਂ ਜਿਹੜਾ ਸਿਸਟਮ ਹੈ ਖਰੀਦ ਦਾ ਉਹ ਕੀ ਹੁੰਦਾ। ਜਿਹੜੀ ਅਪਰੂਵਡ ਵਰਾਇਟੀਆਂ ਨਹੀਂ ਹੈਗੀਆਂ ਜਿਵੇਂ ਹਾਈਬ੍ਰਿਡ ਆਪਣੇ 127 ਉਹਦਾ ਇਹਨਾਂ ਨੂੰ ਦੱਸਿਆ, ਥੋੜ੍ਹਾ ਜਿਹਾ ਕਾਹਲੇ ਨਾ ਪਿਓ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਨੂੰ ਉਹਦਾ ਰੇਟ ਵਧੀਆ ਮਿਲੇ। ਇਸ ਕਰਕੇ ਇੱਕ ਵਾਰੀ ਗੱਲ ਕੀਤੀ ਵੀ ਰੋਕਿਆ ਗਿਆ ਵੀ ਜਿਹੜੀਆਂ ਵਰਾਇਟੀਆਂ ਜਾਂ ਜਿਹੜਾ ਫਾਰਮਰ ਸਸਤੀ ਵੇਚਣੀ ਚਾਹੁੰਦਾ, ਜਿਹਦੀ ਮੋਇਸਚਰ ਜ਼ਿਆਦਾ ਹੈ ਉਹ ਛੇਤੀ ਵਿਹਲਾ ਆਉਣਾ ਚਾਹੁੰਦਾ, ਜਾਂ ਜਿਹੜੀ ਅਪਰੂਵਡ ਵਰਾਇਟੀ ਨਹੀਂ ਹੈਗੀ ਉਹ ਵੇਚਣੀ ਚਾਹੁੰਦਾ, ਉਹਦੇ ਵਾਸਤੇ ਸਰਕਾਰ ਦਾ ਇਹ ਸੀਗਾ ਵੀ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ, ਕੋਈ ਰਲ ਕੇ ਸ਼ੈਲਰਾਂ ਵਾਲਿਆਂ ਨਾਲ ਜਾਂ ਕੋਈ ਏਜੰਸੀ ਇਹੋ ਜਿਹੀ ਵੀ ਤੁਹਾਨੂੰ ਚੂਨਾ ਲਾਉਣ ਵਾਸਤੇ ਰੌਲਾ ਪਾ ਕੇ ਚੀਜ਼ ਸਸਤੀ ਵੇਚਣ ਲਈ ਮਜਬੂਰ ਕਰੇ। ਇਸ ਕਰਕੇ ਸਰਕਾਰ ਦਾ ਇਹ ਧਿਆਨ ਸੀਗਾ ਵੀ ਅਸੀਂ ਇਹੋ ਜਿਹਾ ਕੁਛ ਨਹੀਂ ਹੋਣ ਦੇਣਾ। ਉਹਦਾ ਇੱਕ ਸਿਸਟਮ ਹੈਗਾ ਗੌਰਮੈਂਟ ਦਾ ਜਿਹਦੇ ਨਾਲ ਕਿਸੇ ਵੀ ਫਾਰਮਰ ਦੀ ਐਕਸਪਲੋਇਟੇਸ਼ਨ ਨਾ ਹੋਵੇ, ਅਸੀਂ ਇਹ ਐਕਸਪਲੋਇਟੇਸ਼ਨ ਨਹੀਂ ਹੋਣ ਦੇਣੀ। ਇਸ ਕਰਕੇ ਇਹ ਸਟੈਪ ਲਿਆ ਸੀਗਾ। ਇਹਨਾਂ ਨੂੰ ਤੁਹਾਡੇ ਨੁਮਾਇੰਦੇ ਨੂੰ ਸਮਝਾ ਦਿੱਤਾ ਗਿਆ ਵੀ ਇਹਦਾ ਸਮਾਧਾਨ ਕਿਵੇਂ ਹੋਣਾ, ਉਹ ਹੱਲ ਕੱਢ ਦਿੱਤਾ। ਜਿਹੜੇ GM ਦੋ ਅਧਿਕਾਰੀ ਆਏ ਆ ਮੰਡੀ ਬੋਰਡ ਦੇ ਵੀ ਉਹ ਵੀ ਇੱਥੇ ਮੌਜੂਦ ਨੇ, DFSC ਇੱਥੇ ਮੌਜੂਦ ਹੈ, ਤੁਹਾਡੇ ਮੰਡੀ ਬੋਰਡ ਦੇ ਜਿਹੜੇ ਲੋਕਲ ਅਧਿਕਾਰੀ ਉਹ ਮੌਜੂਦ ਹੈ। ਤੁਸੀਂ ਚਿੰਤਾ ਨਾ ਕਰੋ, ਤੁਹਾਡਾ ਇਹ ਮਸਲਾ ਜਿਹੜਾ ਇਹ ਬਿਲਕੁਲ ਸਹੀ ਬਾਖੂਬੀ ਹੱਲ ਕੀਤਾ ਜਾਵੇ। ਅਤੇ ਥੋੜ੍ਹਾ ਜਿਹਾ ਤੁਸੀਂ ਨੇ ਉਹਨਾਂ 'ਚ ਇਹ ਵਰਾਇਟੀ ਨਹੀਂ ਹੈਗੀ, ਹਾਂ ਨਹੀਂ ਹੈਗੀ, ਪਰ ਅਸੀਂ ਮੇਨ ਕਰੋ ਦੁਕਾਨਦਾਰ ਸਾਨੂੰ ਦੁਕਾਨਦਾਰ ਤਾਂ ਬਹੁਤ ਚੀਜ਼ਾਂ ਰੱਖੀ ਬੈਠੇ ਆ। MSP ਅਪਰੂਵਡ ਵਰਾਇਟੀ 'ਤੇ ਹੁੰਦੀ ਹੈ। MSP ਦਾ ਮਤਲਬ ਹੈ ਕਿ ਜਿਹੜੀ ਸਰਕਾਰ ਨੇ ਖਰੀਦ ਕਰਨੀ ਹੈ ਉਹ ਜਿਹੜੀਆਂ ਆਪਣੀਆਂ ਅਪਰੂਵਡ ਵਰਾਇਟੀਆਂ ਹੋਣਗੀਆਂ। ਚਲੋ ਜੇ ਸਾਨੂੰ ਅੱਗ ਲਾਉਣ ਤੋਂ ਰੋਕਿਆ ਜਾਂਦਾ ਉਹਨਾਂ ਨੂੰ ਸਭ ਜੀ ਦੁਕਾਨ ਇੱਕ ਮਿੰਟ ਪ੍ਰਦਰਸ਼ਨ ਕੀਤਾ ਹੈ ਔਰ ਇਹਦੇ ਕਰਕੇ ਜਿਹੜੇ ਅਧਿਕਾਰੀ ਉਹ ਅੰਦਰ ਆਪਣੀ ਮੀਟਿੰਗ ਕਰ ਰਹੇ ਆ ਔਰ ਅਸੀਂ ਆਸ ਕਰਦੇ ਹਾਂ ਕਿ ਸਰਕਾਰ ਦੇ ਨੁਮਾਇੰਦੇ ਵੀ ਆਏ ਆ
ਪ੍ਰਸ਼ਾਸਨਿਕ ਅਧਿਕਾਰੀ ਵੀ ਆਏ ਆ ਔਰ ਉਹ ਸਾਡੀ ਇਹ ਲੁੱਟ ਨੂੰ ਬੰਦ ਕਰਾਉਣਗੇ ਔਰ ਜੇ ਉਹਨਾਂ ਸਾਡੀ ਇਹ ਲੁੱਟ ਨੂੰ ਬੰਦ ਨਾ ਕਰਾਇਆ ਤੇ ਸਾਨੂੰ ਇਹਦੇ ਨਾਲ ਕੋਈ ਸਖਤ ਐਕਸ਼ਨ ਜਿਹੜਾ ਉਹ ਸਵੇਰ ਤੱਕ ਲੈਂਦੇ ਕੀ ਰੇਟ ਨਾਲ ਰਹਿ ਰਹੇ ਇਹਨਾਂ ਕੁਇੰਟਲ ਦਾ ਸਾਵਾ 130 ਜਿਹੜੀਆਂ ਪੀ ਆਰ ਕਿਸਮਾਂ ਹੈ ਉਹਨਾਂ ਦੇ ਅੰਦਰ ਜਿਹੜੀਆਂ ਉਹ ਮਤਲਬ ਜਿਹੜੀਆਂ ਸਰਕਾਰ ਦੀਆਂ ਰਿਕਮੈਂਡੇਸ਼ਨ ਆ ਉਹਦੇ ਅੰਦਰ ਵੀ ਜਿਹੜੀ ਪੀ ਆਰ 126 ਆ ਉਹਨੂੰ ਖਰੀਦਣ ਤੋਂ ਇਹ ਜਵਾਬ ਦੇ ਰਹੇ ਆ ਪਰ ਪਰਸੋਂ ਦੀ ਮੀਟਿੰਗ ਤੋਂ ਬਾਅਦ 'ਚ ਅੱਜ 126 ਜਿਹੜੀ ਉਹ ਖਰੀਦੀ ਗਈ ਆ ਔਰ ਸਾਵਾ 134 127 ਜਿਹੜੀਆਂ ਜਾਂ ਜਿਹਦੇ ਵਿੱਚ ਆਪਣਾ ਐਚ ਆਰ 47 ਆ ਔਰ ਪੂਸਾ ਇਹ ਕਿਸਮਾਂ ਜਿਹੜੀਆਂ ਹੈ ਉਹ ਸਰਕਾਰ ਜਿਹੜੀਆਂ ਜਾਂ ਸਰਕਾਰ ਦੀਆਂ ਏਜੰਸੀਆਂ ਬਿਲਕੁਲ ਨਹੀਂ ਖਰੀਦ ਰਹੀਆਂ ਉੱਧਰ ਸਾਰੀਆਂ ਖਰੀਦੀਆਂ ਜਾਂ ਉਹ ਪ੍ਰਾਈਵੇਟ ਆ ਸਾਰੇ ਖਰੀਦ ਰਹੇ ਆ ਔਰ ਸਾਨੂੰ ਤੇ ਇਸ ਗੱਲ ਦੀ ਸ਼ੰਕਾ ਹੈ ਕਿ ਇਸ ਮੰਡੀ ਦੇ ਅੰਦਰ ਪਿਛਲੇ 4-5 ਮਹੀਨਿਆਂ ਤੋਂ ਪਹਿਲਾਂ ਇੱਕ ਬੜਾ ਵੱਡਾ ਸਕੈਂਡਲ ਹੋਇਆ ਸੀ ਜਿਹੜਾ ਇੱਥੇ ਆੜਤੀਆ ਆਪਣਾ ਜਿਹੜਾ ਸ਼ਾਈਦਰ ਮਾਲਕ ਸੀ ਜਿਹਨੂੰ ਵੀਰੂ ਮਾਲ ਦੇ ਨਾਂ ਦੇ ਜਾਣਿਆ ਜਾਂਦਾ ਔਰ ਜਿਹਨੇ 200 ਕਰੋੜ ਰੁਪਈਏ ਦਾ ਚੂਨਾ ਆੜਤੀਆਂ ਔਰ ਸ਼ੈਲਰ ਆਪਣਾ ਜਿਹੜਾ ਸਾਡੇ ਆੜਤੀਏ ਭਾਈਚਾਰਾ ਉਹਨੂੰ ਲਾਇਆ ਔਰ ਅਸੀਂ ਸਾਨੂੰ ਖਦਸ਼ਾ ਹੈ ਵੀ ਇਹ ਸ਼ਾਇਦ ਉੱਥੇ 200 ਕਰੋੜ ਰੁਪਈਏ ਦੀ ਜਿਹੜੀ ਭਰਪਾਈ ਆ ਕਿਸਾਨਾਂ ਦੀ ਲੁੱਟ ਕਰਕੇ ਕੀਤੀ ਜਾ ਰਹੀ ਆ ਔਰ ਇਹ ਜਿਹੜੇ ਇੰਸਪੈਕਟਰ ਆ ਜਾਣ ਬੁੱਝ ਕੇ ਸ਼ਹੀਦਾਂ ਵਾਲਿਆਂ ਨੂੰ ਘਟਾਉਣ ਦੇ ਰਾਹ ਤੁਰੇ ਆ ਔਰ ਇਸ ਕਰਕੇ ਮੰਡੀ ਦੇ ਅੰਦਰ ਸਾਡੀ ਜਿੰਸ ਦਾ ਸਹੀ ਜਿਹੜਾ ਮੁੱਲ ਨਹੀਂ ਪਾ ਰਹੇ ਜਿਸ ਕਰਕੇ ਸਾਡੀ ਮੰਡੀ ਦੇ ਵਿੱਚ ਜਿਹੜੀ ਜਿੰਸ ਆ ਉਹ ਰੋਲ ਰਹੀ ਹੈ ਜੀ ਹੁਣ ਪ੍ਰਸ਼ਾਸਨਿਕ ਅਧਿਕਾਰੀ ਆ ਕੇ ਕਿਸੇ ਨਤੀਜੇ ਦੇ ਤੁਹਾਡੇ ਮੁਤਾਬਕ ਨਹੀਂ ਪਹੁੰਚਦੇ ਫਿਰ ਅਗਲਾ ਕਦਮ ਕੀ ਹੋਊਗਾ ਅਗਲਾ ਕਦਮ ਅਸੀਂ ਸਵੇਰੇ ਕਿਸੇ ਵੀ ਅਧਿਕਾਰੀ ਦਾ ਘਰਾਓ ਕਰਨ ਤੋਂ ਲੈ ਕੇ ਰੋਡ ਜਾਮ ਕਰਨ ਤੱਕ ਵੀ ਜਾ ਸਕਦੇ ਹਾਂ ਕਿਉਂਕਿ ਸਾਨੂੰ ਇਹ ਖਦਸ਼ਾ ਹੈ ਖਾਸ ਕਰਕੇ ਸਾਡੇ ਆੜਤੀ ਭਾਈਚਾਰਾ ਵੀ ਹਾਂਜੀ ਜੰਡਿਆਲਾ ਗੁਰੂ ਦਾਣਾ ਮੰਡੀ ਦੇ ਅੰਦਰ ਸਾਰੇ ਕਿਸਾਨ ਜਿਹੜੇ ਇਕੱਠੇ ਹੋਏ ਆ ਅੱਜ ਸਵੇਰ ਤੋਂ ਝੋਨੇ ਦੀ ਕੋਈ ਖਰੀਦ ਨਹੀਂ ਹੋਈ ਔਰ ਪਿਛਲੇ 1 ਹਫ਼ਤੇ ਦੇ ਉੱਤੋਂ ਜਿਹੜਾ ਝੋਨੇ ਦੀ ਖਰੀਦ ਆ ਇਹਦੇ ਵਿੱਚ ਕਿਸਾਨਾਂ ਦੀ ਬਹੁਤ ਵੱਡੇ ਪੱਧਰ 'ਤੇ ਲੁੱਟ ਹੋ ਰਹੀ ਆ ਖਰੀਦ ਏਜੰਸੀਆਂ ਬਿਲਕੁਲ ਕਿਸਾਨਾਂ ਦੀ ਜਿੰਸ ਜਿਹੜੀ ਉਹ ਖਰੀਦ ਨਹੀਂ ਰਹੀ ਮਾਊਚਰ ਦੇ ਬਹਾਨੇ ਬਹੁਤ ਸਾਰੀਆਂ ਕਿਸਮਾਂ ਨੂੰ ਰਿਜੈਕਟ ਕਰ ਰਹੇ ਆ ਔਰ ਅੱਜ ਸਵੇਰ ਦੇ ਉੱਤੇ ਕੋਈ ਮਤਲਬ ਮੰਡੀ ਦੇ ਅੰਦਰ ਜਿਹੜੀਆਂ ਜਿੰਸਾਂ ਦੀ ਮਤਲਬ ਉਹ ਆਉਂਦੇ ਆ ਵੀ ਅਸੀਂ ਖਰੀਦ ਨਹੀਂ ਕਰਨੀ ਪਰ ਉਹਨਾਂ ਨੂੰ ਪ੍ਰਾਈਵੇਟ ਸ਼ਹੀਦਾਂ ਵਾਲਿਆਂ ਨੂੰ ਵੀ ਖਰੀਦਣ ਤੋਂ ਮਨਾ ਕਰਤਾ ਡੀਸੀ ਸਾਹਿਬ ਨੇ ਇੱਕ ਲੈਟਰ ਕੱਢੀ ਆ ਔਰ ਉਹਦੇ ਕਰਕੇ ਅੱਜ ਸਵੇਰ ਦੀ ਦਾਣਾ ਮੰਡੀ ਜੰਡਿਆਲਾ ਜਿਹੜੀ ਆ ਉਹਦੇ ਅੰਦਰ ਕੋਈ ਮਤਲਬ ਜਿਹੜੀ ਆ ਪਰਚੇਜ ਨਹੀਂ ਹੋਈ ਸਿਰਫ ਸਰਕਾਰੀ ਪਰਚੇਜ ਜੇ 1 ਆੜਤ ਦੇ ਉੱਤੇ 15 ਜਾਂ 20 ਢੇਰੀਆਂ ਆਈਆਂ ਉਹਨਾਂ ਦੇ ਵਿੱਚੋਂ 2 ਜਾਂ 3 ਢੇਰੀਆਂ ਜਿਹਨਾਂ ਦੀ ਉਹ ਸਪੈਸੀਫਿਕੇਸ਼ਨ ਕਹਿੰਦੇ ਆ ਵੀ ਮਾਊਚਰ ਜਿਹੜਾ ਸਹੀ ਆ ਉਹਦੇ ਮੁਤਾਬਕ ਉਹਨਾਂ ਨੇ ਪਰਚੇਜ ਪਾਈ ਹੈ ਬਾਕੀ ਸਾਰੀਆਂ ਦੀਆਂ ਸਾਰੀਆਂ ਸਾਰੀ ਮੰਡੀ ਦੇ ਅੰਦਰ ਪਈਆਂ ਹੈ ਔਰ ਹਾਲਾਤ ਇਹ ਹੋ ਗਈ ਆ ਵੀ ਜੰਡਿਆਲਾ ਮੰਡੀ ਉੱਜੜਨ ਦੇ ਕੰਢੇ ਤੇ ਆ ਕਿਉਂਕਿ ਸਾਡੇ ਕਿਸਾਨਾਂ ਦਾ ਵੱਡਾ ਹਿੱਸਾ ਉਹ ਅੰਮ੍ਰਿਤਸਰ ਦੇ ਅੰਦਰੋਂ ਡੰਡਾ ਚੁੱਕਣਗੇ ਤੇ ਦੁਆਬੇ 'ਚ ਜਾ ਕੇ ਵੇਚ ਲੈਣਗੇ ਪਰ ਇਹਨਾਂ ਦੀ ਮੰਡੀ ਉੱਜੜ ਜੂ ਔਰ ਇਹਨਾਂ ਜਿੰਨੀਆਂ ਜਿੰਨੀਆਂ ਰਕਮਾਂ ਲਾਈਆਂ ਸਭ ਤੋਂ ਵੱਡਾ ਦਿਵਾਲੀਏ ਦਾ ਜਿਹੜਾ ਸਾਹਮਣਾ ਇਹਨਾਂ ਸਾਡੇ ਭਾਈਚਾਰੇ ਨੂੰ ਸਾਹਮਣਾ ਕਰਨਾ ਪਊਗਾ ਔਰ ਇਸ ਕਰਕੇ ਇਹਨਾਂ ਨੂੰ ਵਰਗ ਨੂੰ ਅਪੀਲ ਕਰਦੇ ਹਾਂ ਕਿ ਇਹ ਜਿਹੜੀਆਂ ਛੋਟੇ ਮੋਟੇ ਲਾਲਚਾਂ ਵਾਸਤੇ ਇਹਨਾਂ ਮੰਡੀ ਦੇ ਅਧਿਕਾਰੀਆਂ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਸਾਥ ਨਾ ਦੇਣ ਕਿਸਾਨਾਂ ਦਾ ਸਾਥ ਦੇਣ ਜਿਨ੍ਹਾਂ ਦੇ ਸਿਰ 'ਤੇ ਇਹਨਾਂ ਦੀ ਜਿਹੜੀ ਆ ਰੋਟੀ ਰੋਜ਼ੀ ਚੱਲਦੀ ਆ ਔਰ ਸਾਡੀ